ਮੇਰੇ ਮਦਰ ਆ ਜਿਹੜੇ ਉਹਨਾਂ ਦੇ ਹੱਥ ਵਿੱਚ ਇੱਦਾਂ ਦੀ ਕ੍ਰੀਏਟੀਵਿਟੀ ਕਾਫੀ ਸੀ ਔਰ ਉਹਨੂੰ ਮੈਂ ਬਚਪਨ ਤੋਂ ਦੇਖਦਾ ਹੁੰਦਾ ਸੀ। ਮਤਲਬ ਸ਼ੁਰੂ ਤੋਂ ਇਨਫਲੂਐਂਸ ਕਰਦੀਆਂ ਸੀ ਇਹ ਚੀਜ਼ਾਂ, ਮੈਨੂੰ ਪ੍ਰਭਾਵਿਤ ਕਰਦੀਆਂ ਸੀ। ਅਸੀਂ ਸਪੇਸ ਲਈ ਹੋਈ ਆ ਪਿੰਡ ਦੇ ਵਿੱਚ, ਉੱਥੇ ਸਟੂਡੀਓ ਕ੍ਰੀਏਟ ਕਰਨਾ। ਮੇਰੇ ਫਾਦਰ ਸਾਹਿਬ ਨਹੀਂ ਹੈਗੇ ਔਰ ਮੇਰਾ ਇਹ ਉਦੋਂ ਤੋਂ ਹੀ ਮਕਸਦ ਸੀਗਾ ਵੀ ਮੈਂ ਆਪਦੀ ਮਾਂ ਦੇ ਨਾਲ ਰਹਿਣਾ, ਪਿੰਡ ਦੇ ਨਾਲ ਜੁੜ ਕੇ ਰਹਿਣਾ। ਮੇਰੇ ਵਾਈਫ ਉਹਨਾਂ ਦੀ ਵੀ ਇਹੀ ਇੱਛਾ ਹੈ ਵੀ ਅਸੀਂ ਪਿੰਡਾਂ 'ਚ ਰਹੀਏ, ਪਿੰਡ ਨਾਲ ਜੁੜੇ ਰਹੀਏ। ਕਿਉਂਕਿ ਪੰਜਾਬ ਦਾ ਕੋਈ ਆਰਟ ਕਾਲਜ ਨਹੀਂ ਹੈਗਾ, ਇੱਕੋ ਹੀ ਕਾਲਜ ਹੈਗਾ ਉਹ ਚੰਡੀਗੜ੍ਹ ਦਾ, ਉਹ ਵੀ ਆਰਟ ਕਾਲਜ। ਵੈਸੇ ਤਾਂ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ 'ਚ ਸੈਟਲ ਹੁੰਦੇ ਆ, ਪਰ ਮੇਰੀ ਇੱਛਾ ਇਹ ਹੈ, ਮੈਂ ਪਿੰਡ ਆਇਆ, ਮੈਂ ਜਗ੍ਹਾ ਉਹ ਇਸ ਲਈ ਲਈ ਆ ਵੀ ਉੱਥੇ ਮੈਂ ਆਪਦਾ ਸਟੂਡੀਓ ਬਣਾਵਾਂ ਔਰ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਉਹ ਮੇਰੇ ਘਰ ਆਉਣ ਸਿੱਖਣ। ਜਾਂ ਹੁਣ ਜਿਵੇਂ ਕੈਨੇਡਾ ਨੂੰ ਜਾਣ ਦਾ ਕਰੇਜ਼ ਹੈ, ਕ੍ਰੀਏਟਿਵ ਕੁਛ ਨਹੀਂ ਰਿਹਾ, ਤਾਂ ਇਹੋ ਜਿਹਾ ਕੁਛ ਉਹਨਾਂ ਤੱਕ ਪਹੁੰਚਾਉਣਾ ਵੀ ਤੁਸੀਂ ਇੱਥੇ ਰਹਿ ਕੇ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਹੋ। ਸਾਡਾ ਮੀਆਂ ਬੀਵੀ ਦਾ ਇਹੋ ਹੀ ਮਕਸਦ ਹੈ।